ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲ ਨਹੀਂ ਹੁੰਦਾ
ਅਤੇ ਬੱਚਾ ਸਕੂਲ ਕਮਜ਼ੋਰ ਰਹਿ ਜਾਂਦਾ, ਅਤੇ ਜਿਹਨਾਂ ਨੇ ਟੀਚਰ ਪੜ੍ਹਨੀ ਆ ਜਾਂ ਆਪਣਾ ਅੱਗੇ ਵਿੱਦਿਆ ਉਹਨਾਂ ਵਾਸਤੇ ਆਪਾਂ ਕੰਪਿਊਟਰ ਸੈਂਟਰ ਆਪਾਂ ਬਣਾ ਦੇਈਏ, ਅਤੇ ਤਾਂ ਕਿ ਉਹਦਾ ਨਾਮ ਜੇ ਹੈ ਉਹ ਪਾਤਸ਼ਾਹ ਦੇ ਨਾਮ ਦੇ ਰੱਖਿਆ ਜਾਵੇ, ਅਤੇ ਉਹਨਾਂ ਦੀ ਵੀ ਯਾਦ ਬਣੀ ਰਹੂਗੀ, ਸਾਰੇ ਜੁੜ ਜਾਣਗੇ ਅਤੇ ਆਪਣੀ ਵੀ ਤਾਕਤ ਬਣੇਗੀ, ਉਹਨਾਂ ਦਾ ਵੀ ਨਾਮ ਸਾਰੇ ਜਿੱਥੇ ਉਹਨਾਂ ਦਾ ਨਾਮ ਲੈਣਗੇ ਪਹਿਲਾਂ ਜਿਹੜਾ ਸੈਂਟਰ ਦਾ ਜ਼ਰੂਰ ਨਾਮ ਲੈਣਗੇ ਕਿ ਗੁਰੂ ਵਾਲੀ ਵਿਖੇ ਉਹਨਾਂ ਦੇ ਨਾਮ 'ਤੇ ਵਿੱਦਿਆ ਦਾ ਸੈਂਟਰ ਬਣਾਇਆ ਗਿਆ। ਇਹ ਤਾਂ ਪਹਿਲਾਂ ਵੀ ਤੁਹਾਡੇ ਨਾਲ ਮਹਾਰਾਜ ਦੇ ਕਿਰਪਾ ਦੇ ਨਾਲ ਗੁਰੂ ਗੁਰਦਾਸ ਮਹਾਰਾਜ ਦਾ ਅੱਜ ਤੱਕ ਜਿੰਨੇ ਵੀ ਮਹਾਂਪੁਰਸ਼ ਸਕੂਲ ਬਣਾਏ ਆ, ਕਾਲਜ ਬਣਾਏ ਆ, ਹੋਸਪਿਟਲ ਬਣਾਏ ਆ, ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਨਹੀਂ ਬਣਾਏ ਵਿਸ਼ੇਸ਼ ਕਰਕੇ। ਤੋ ਜੇ ਕਿਸੇ ਨੇ CBSE ਵੀ ਲਿਆ ਜਾਂ ਹੋਸਪਿਟਲ ਵੀ ਬਣਾਇਆ ਜਾਂ ਕੋਈ ਹੋਰ ਕੰਮ ਕੀਤਾ, ਉਹ ਨਿੱਜੀ ਕਰਨ ਹੈ, ਉਹਨਾਂ ਦੇ ਆਪਣੇ ਡੇਰਿਆਂ ਦੇ ਨਾਂ 'ਤੇ ਆਪਣੇ ਸਤਿਗੁਰਾਂ ਦੇ ਨਾਂ 'ਤੇ ਉਹਨਾਂ ਨੂੰ ਬਣਾਏ ਆ। ਲੇਕਿਨ ਗੁਰੂ ਰਵਿਦਾਸ ਮਹਾਰਾਜ ਜੀ ਇਹ ਹੈਗਾ ਕੌਮ ਦਾ ਇੱਕ ਨਾਮ, ਇਹ ਸਾਡੇ ਸਮਾਜ ਦਾ ਨਾਮ ਹੈ, ਅਤੇ ਜੋ ਇਹਨਾਂ 'ਤੇ ਕੰਮ ਕਰਦੇ ਆ ਉਹ ਮਹਾਂਪੁਰਸ਼ਾਂ ਨੇ, ਗੁਰੂ ਰਵਿਦਾਸ ਸਾਧੂ ਸੰਪਰਦਾ ਸੈਟੀ ਦੇ ਕਿਸੇ ਮਹਾਂਪੁਰਸ਼ ਦੇ ਨਾਮ ਨੇ ਔਰ ਕਿਸੇ ਵੀ ਇੱਕ ਦੇ ਨਾਮ ਨੇ, ਕੋਈ ਨਿੱਜੀ ਕਰਨ ਨਹੀਂ, ਇਹ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਪਿਓਰ ਸਾਰਾ ਕੁਛ ਅਸੀਂ ਅੱਜ ਤੱਕ ਰੱਖਿਆ, ਨਾ ਤਾਂ ਕਿਸੇ ਦੀ ਫੋਟੋ ਲੱਗੀ ਹੋਈ ਆ ਅਤੇ ਨਾ ਹੀ ਕਿਸੇ ਪੇਪਰ ਦੇ ਨਾਮ ਹੋਰ ਮਹਾਂਪੁਰਸ਼ ਦਾ ਆਉਂਦਾ, ਅਤੇ ਕੇਵਲ ਤੋਂ ਕੇਵਲ ਇੱਕੋ ਹੀ ਹੈ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ CBSE ਪਹਿਲਾਂ ਪੰਜਾਬ ਦੇ ਵਿੱਚ ਇਹ ਸਕੂਲ ਹੈ, ਅਤੇ ਜਿਹਨੂੰ ਆਪਾਂ ਬਹੁਤ ਮਿਹਨਤ ਦੇ ਨਾਲ ਇਹਨੂੰ ਅੱਗੇ ਲੈ ਕੇ ਗਏ ਹਾਂ, ਪ੍ਰਸਤੂ ਤੱਕ ਲੈ ਕੇ ਆਏ ਹਾਂ। ਸਾਨੂੰ ਬਹੁਤ ਪਰੇਸ਼ਾਨੀਆਂ ਸਾਰੀਆਂ ਪਈਆਂ, ਅਸੀਂ ਆਪੇ ਲੱਗੇ ਰਹੇ, ਆਪੇ ਤੁਰੇ ਰਹੇ, ਪਰ ਅੱਜ ਸਾਨੂੰ ਮਹਿਸੂਸ ਹੋ ਰਿਹਾ ਕਿ ਤੁਹਾਡੀ ਜ਼ਰੂਰਤ ਹੈ ਸਾਨੂੰ, ਅਤੇ ਆਪਾਂ ਇਹਨੂੰ ਪ੍ਰੋਜੈਕਟ ਨੂੰ ਬਣਾ ਤਾਂ ਲਿਆ। ਇੱਕ ਮਹਾਂਪੁਰਸ਼ ਕਹਿੰਦੇ ਕਿ ਮਾਝੇ ਤੋਂ ਬਰਾ ਵੀ ਸ਼ਬਦ ਨੇ, ਈਮਾ ਕੀ ਹਰਾਤ ਵਾਲੋ ਨੇ, ਮਨ ਤੋਂ ਪੁਰਾਣਾ ਪਾਪੀ ਹੈ, ਬਸ ਹੋਵੇ ਨਿਬਾਜੀ ਬਣ ਨਾ ਸਕਦਾ। ਆਪਾਂ ਨਾ ਹੁਕਮ ਉਡੀਕਦੇ ਰਹਿੰਦੇ ਕਿਸੇ ਪਾਸੋਂ, ਸਾਨੂੰ ਉੱਥੋਂ ਹੁਕਮ ਆ ਗਿਆ, ਸਾਨੂੰ ਉੱਥੋਂ ਹੁਕਮ ਆ ਗਿਆ, ਸਾਨੂੰ ਇੱਥੋਂ ਆ ਗਿਆ, ਤੁਸੀਂ ਆਪ ਹੁਕਮਰਾਨ ਬਣੋ ਆਪਣੇ ਕੋਲ, ਤੁਹਾਡੇ ਕੋਲ ਕਿਸੇ ਦਾ ਹੁਕਮ ਨਾ ਉਡੀਕਣਾ ਪਵੇ। ਜਿਵੇਂ ਫੌਜ ਜਾਂ ਪੁਲਿਸ ਹੁਕਮ ਹੀ ਉਡੀਕਦੀ ਰਹੂਗੀ ਤਾਂ ਫਿਰ ਉਹ ਗਾਹਾਂ ਕਿਸ ਤਰ੍ਹਾਂ ਆਪਣਾ ਡਿਵੈਲਪਮੈਂਟ ਕਰੇਗੀ। ਇਸ ਤਰ੍ਹਾਂ ਸਾਡੇ ਜਿੰਨੇ ਵੀ ਨੁਮਾਇੰਦੇ ਆ, ਜਿੰਨੇ ਪੜ੍ਹੇ ਲਿਖੇ ਲੋਕ ਆ, ਆਪਾਂ ਕਿਸੇ ਦਾ ਹੁਕਮ ਨਾ ਪਿੱਛੋਂ ਦੇਖੀਏ, ਆਪ ਹੀ ਡਿਸੀਜਨ ਕਰਕੇ ਆਪਾਂ ਅੱਗੇ ਵਧਣਾ, ਤਦ ਹੀ ਸਾਡੀ ਇਹ ਜਿਹੜੀ ਆਪਣੀ ਬਣਾਏ ਪ੍ਰੋਜੈਕਟ ਹੈ ਜਾਂ ਸੋਚੀ ਹੋਈ ਸੋਚ ਹੈ ਉਹ ਉਹਦੇ ਵਿੱਚ ਆਪਾਂ ਕਾਮਯਾਬ ਹੋ ਸਕਦੇ ਹਾਂ। ਤੋ ਮੇਰੀ ਬੇਨਤੀ ਇਹ ਸੀ ਕਿ ਸਾਰਿਆਂ ਨੂੰ, ਆਪਾਂ ਨੂੰ ਪ੍ਰੋਜੈਕਟ ਬਹੁਤ ਮਜ਼ਬੂਤ ਹੈ ਸਾਡੇ ਕੋਲ, ਅੱਜ ਇਹ ਸਾਰੀ ਕੌਮ ਦਾ ਹੈ, ਇੱਕ ਬੰਦੇ ਦਾ ਨਹੀਂ ਹੈ, ਗੁਰੂ ਰਵਿਦਾਸ ਨਾਮ ਦੇਵਾ ਜਿਤਨੇ ਵੀ ਜਿੱਥੇ ਤੱਕ ਉਹਨਾਂ ਦਾ ਨਾਮ ਹੈ ਉੱਥੇ ਤੱਕ ਇਹਦੀ ਮਾਲਕੀਅਤ ਹੈ। ਤੋ ਇਹਦੇ ਵਿੱਚ ਤੁਹਾਨੂੰ ਕਿਸੇ ਨੂੰ ਸੋਚਣ ਦੀ ਲੋੜ ਨਹੀਂ ਕਿ ਅਸੀਂ ਉੱਥੋਂ ਹੁਕਮਨਾਮਾ ਲੈਣਾ, ਉਹਦੀ ਆਗਿਆ ਲੈਣੀ ਆ, ਆਪਣਾ ਹੀ ਡਿਸੀਜਨ ਦੱਸ ਕੇ ਆਪਾਂ ਅੱਗੇ ਵਧਣਾ, ਤਾਂ ਕਿ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ। ਇਹ ਤੁਹਾਡੇ ਵਾਸਤੇ ਬਹੁਤ ਵੱਡਾ ਇੱਕ ਜਿਹਦਾ ਸਟੇਜ ਹੈ ਨਾ, ਉਹ ਤਿਆਰ ਹੋ ਚੁੱਕੀ ਹੈ, ਅਤੇ ਉੱਥੋਂ ਹੁਣ ਆਪਾਂ ਜਿੰਨੇ ਮਰਜ਼ੀ ਅੱਗੇ ਤੋਂ ਅੱਗੇ ਲਗਾ ਸਕਦੇ ਹਾਂ, ਕਰ ਸਕਦੇ ਹਾਂ, ਜੋ ਮਰਜ਼ੀ ਕਰ ਸਕਦੇ ਹਾਂ, ਇਹ ਹੁਣ ਤੁਹਾਡੇ ਹੱਥ ਵਿੱਚ ਆ। ਅਤੇ ਮੇਰੇ ਇਹ ਪੁਆਇੰਟ ਸੀ, ਇੱਕ ਤਾਂ ਵਿੱਦਿਆ ਦੇ ਪ੍ਰਤੀ ਔਰ ਦੂਸਰਾ ਕੰਪਿਊਟਰ ਸੈਂਟਰ ਜੋ ਹੈ ਉਹ ਪਾਤਸ਼ਾਹ ਰਾਮ ਜੀ ਦੇ ਨਾਮ 'ਤੇ ਕੀਤਾ ਜਾਵੇ, ਉਹਨਾਂ ਦੇ ਨਾਮ 'ਤੇ ਬਣਾਇਆ ਜਾਵੇ। ਆਪਾਂ ਜਿੰਨਾ ਵੀ ਸਾਡੇ ਕੋਲ ਸਹਿਯੋਗ ਹੋਏਗਾ ਅਸੀਂ ਵੀ ਕਰਾਂਗੇ, ਪਰ ਤੁਸੀਂ ਨਾਲ ਜਿਸ ਤਰ੍ਹਾਂ ਨਾ ਕਹਿੰਦੇ ਹੁੰਦੇ ਵੀ ਦਿਲੋਂ ਮੁਹੱਬਤ ਜਿਨ ਸਹੀ ਸੱਚ ਹੈ, ਤੁਸੀਂ ਉਹਨੂੰ ਸੱਚ ਕਰ ਦੇਣਾ, ਉਹਨੂੰ ਵਿੱਚ ਜਿਹੜਾ ਕੋਈ ਵਿਘਨ ਆਉਂਦਾ ਉਹਦੇ ਲਈ ਤੁਸੀਂ ਜਾਗਰੂਕ ਕਰਨਾ ਵੀ ਇੱਥੋਂ ਆਪਾਂ ਬਚ ਕੇ ਚੱਲਣਾ। ਜਿੱਦਾਂ ਸੈਂਡ ਬੋਰਡ ਬਣਾਏ ਹੁੰਦੇ ਨਾ ਕਿ ਅੱਗੇ ਮੋਰ ਆ ਕੇ ਆ ਹੈਗਾ, ਇਸ ਤਰ੍ਹਾਂ ਆਪਾਂ ਸੈਂਡ ਬੋਰਡ ਬਣਨਾ ਤਾਂ ਕਿ ਆਪਾਂ ਕਿਸੇ ਪਾਸੇ ਭਟਕੀਏ ਨਾ, ਕਿਉਂਕਿ ਤੁਹਾਡੇ ਹੱਥ ਵਿੱਚ ਉਹ ਤੁਹਾਨੂੰ ਰੋਸ਼ਨੀ ਆ, ਤੁਹਾਡੇ ਕੋਲ ਤੁਸੀਂ ਪੜ੍ਹੇ ਲਿਖੇ ਲੋਕ ਆ, ਤੁਹਾਡਾ ਪ੍ਰੈਕਟੀਕਲ ਆ, ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਾਂ ਇੱਕ ਦੂਸਰਾ ਕਿ ਆਪਣੇ ਇਲਾਕੇ ਦੀ ਚੀਜ਼ ਆ, ਇੱਕ ਆਪਣੀ ਚੀਜ਼ ਆ, ਦੂਸਰੇ ਕਿਸੇ ਕੋਈ ਇੱਕ ਪੈਸੇ ਦਾ ਕੰਮ ਨਹੀਂ ਕੀਤਾ,
ਕਿਸੇ ਨੇ ਇੱਕ ਪੈਸਾ ਨਹੀਂ ਦਿੱਤਾ, ਕਿਸੇ ਨੇ ਇੱਕ ਟੋਕਰੀ ਨਹੀਂ ਪਾਈ, ਉਹ ਸਾਰੀ ਸਾਰੀ ਚੀਜ਼ ਦਾ ਬਾਲਕ ਬਣ ਜਾਵੇ ਤਾਂ ਸਾਡੀ ਮੂਰਖਤਾ ਹੈ ਨਾ ਸੀ ਨਵੀਂ ਉਹਨਾਂ ਨੂੰ ਕਹਿੰਦੇ ਬਾਲਕ ਹੈਗੇ ਆ। ਇਸ ਕਰਕੇ ਆਪਾਂ ਉੱਥੋਂ ਉੱਪਰ ਉੱਠ ਕੇ ਇਹ ਆਪਣੀ ਸਮਝ ਕੇ ਤੁਹਾਡੇ ਹੱਥੀਂ ਸਾਰਾ ਕੁਝ ਬਣਿਆ, ਤੁਹਾਡੇ ਸਾਹਮਣੇ ਸਾਰਾ ਕੁਝ ਬਣਿਆ ਔਰ ਤੁਸੀਂ ਸਾਰਾ ਕੁਝ ਬਣਾਇਆ ਅਤੇ ਅਸੀਂ ਆਪਾਂ ਕਿਸੇ ਦੇ ਹੱਥ ਨਾ ਦੇਈਏ। ਆਪਾਂ ਇਹ ਨੂੰ ਆਪ ਆਪਣੇ ਹੱਥ ਲੈ ਕੇ ਸਾਰੇ ਪ੍ਰੋਜੈਕਟ ਜਿੰਨੇ ਕਾਸ਼ੀ ਰਾਮ ਜੀ ਦੇ ਹੋਣ, ਚਾਹੇ ਡਾਕਟਰ ਅੰਬੇਦਕਰ ਜੀ ਦੇ ਹੋਣ, ਚਾਹੇ ਗੁਰੂ ਦਾਸ ਮਹਾਰਾਜ ਜੀ ਦੇ ਹੋਣ, ਇਹ ਕੌਮ ਦੇ ਪ੍ਰੋਜੈਕਟ ਹੈ ਅਤੇ ਆਪਾਂ ਇਹਨਾਂ ਦੇ ਉੱਪਰ ਬਹੁਤ ਗਹਿਰਾਈ ਦੇ ਨਾਲ ਇਹਨਾਂ ਨੂੰ ਅੱਗੇ ਆਪਣੇ ਸੋਚ ਜਿਹੜੀ ਹੈ ਉਹ ਸਾਰਿਆਂ ਦੀ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਕੰਮ ਕਰਨਾ, ਜਿਹਨਾਂ ਮੇਰਾ ਫਰਜ਼ ਆ ਉਹਨਾਂ ਤੁਹਾਡਾ ਵੀ ਫਰਜ਼ ਆ, ਹੋਰ ਮਹਾਂਪੁਰਸ਼ਾਂ ਦਾ ਸਾਰਿਆਂ ਦਾ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਅਤੇ ਪਹਿਲੀ ਮੀਟਿੰਗ ਤੁਹਾਡੇ ਨਾਲ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਆ ਅਤੇ ਫਿਰ ਆਪਾਂ ਅੱਗੇ ਸਾਰੇ ਚਲਾਵਾਂਗੇ। ਤਾਂ ਮੇਰੀ ਇੰਨੀ ਬੇਨਤੀ ਆ, ਤਿੰਨ ਪ੍ਰੋਜੈਕਟ ਆਪ ਜੀ ਨੂੰ ਦੱਸੇ ਦਿੱਤੇ ਉਹਨਾਂ ਨੇ ਕਿ ਸਾਡੇ ਦਿਨ ਕੁਆਜ ਆ, ਉਹਨਾਂ 'ਤੇ ਆਪਾਂ ਚੱਲਣਾ। ਆਪਾਂ ਆਪ ਮਾਲਕ ਆ ਇਸ ਚੀਜ਼ ਦੇ, ਡਿਸੀਜਨ ਸਾਡਾ, ਸੋਚ ਵੀ ਆਪਣੀ, ਲੇਕਿਨ ਜੋ ਉੱਥੋਂ ਆਪਾਂ ਮਹਾਂਪੁਰਸ਼ਾਂ ਕੋਲ ਤਸਦੀਕ ਕਰਾ ਕੇ ਅਤੇ ਉਹਨੂੰ ਆਪਾਂ ਲਾਗੂ ਕਰ ਦੇਣਾ ਅਤੇ ਆਪਾਂ ਵਧੀਆ ਸੋਚ ਜਿਹਦੇ 'ਚ ਨਿੱਜੀ ਕਰਨਾ ਹੋਵੇ, ਇਹ ਨਾ ਕਿ ਮੈਨੂੰ ਫਲਾਣੇ ਸੰਤ ਨੂੰ ਕਹਿਤਾ ਤਾਂ ਮੈਂ ਤਾਂ ਉਹੀ ਕਰਨਾ, ਮੈਨੂੰ ਫਲਾਣੇ ਮਿਨਿਸਟਰ ਨੇ ਕਹਿਤਾ ਮੈਂ ਉਹੀ ਕਰਨਾ। ਤੁਸੀਂ ਆਪ ਮਿਨਿਸਟਰ ਆ, ਆਪ ਸੰਤ ਆ, ਆਪ ਆਪਣੀ ਸੋਚ ਲੈ ਕੇ ਚੱਲਣਾ, ਇਹ ਮੇਰੀ ਬੇਨਤੀ ਆ। ਭਟਕਣਾ ਨਹੀਂ, ਜੇ ਕੋਈ ਸਾਡੇ ਤੋਂ ਗਲਤੀ ਹੁੰਦੀ ਆ ਤਾਂ ਸਾਨੂੰ ਵੀ ਦੱਸਣਾ ਵੀ ਤੁਸੀਂ ਇੱਥੋਂ ਗਲਤ ਆ, ਅਸੀਂ ਉਹ ਸਹੀ ਕਰ ਲਵਾਂਗੇ। ਜੇ ਸਾਨੂੰ ਕੋਈ ਗਲਤੀ ਨਾ ਦੱਸੂਗਾ, ਮਹਾਰਾਜ ਕਹਿੰਦੇ ਸੋ ਭਾਈ ਸੋ ਮੇਰਾ ਵੀਰ, ਜੋ ਮੈਨੂੰ ਨਾ ਮੈਨੂੰ ਗੱਲ ਮੇਰੇ ਜੀਵਨ ਦੇ ਵਿੱਚ ਗਲਤ ਹੋ ਰਹੀ ਆ ਉਹਨੂੰ ਦੱਸਦਾ, ਉਹਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ। ਜਿਹਦੀ ਵਿਦਿਆ ਨਹੀਂ ਹੁੰਦੀ ਉਹ ਅੱਗੇ ਨਹੀਂ ਵੱਧ ਸਕਦਾ, ਜਿਹੜਾ ਹਾਰਦਾ ਨਹੀਂ ਉਹ ਅੱਗੇ ਕਾਮਯਾਬ ਨਹੀਂ ਹੋ ਸਕਦਾ। ਇਸ ਕਰਕੇ ਇਹਨਾਂ ਲੋਕਾਂ ਦੀ, ਡਾਕਟਰ ਸਾਹਿਬ ਦੀ ਵੀ ਸੋਚ ਆ ਕਿ ਆਪਾਂ ਦੁਨੀਆਂ ਨੂੰ ਮਰਜ਼ੀ ਕਹਿ ਵੀ ਰਹੇ, ਜਿੰਨੀ ਵਿਦਿਆ ਹੋਏਗੀ, ਅੱਜ ਕਹਿੰਦੇ ਜੇ ਵਿਦਿਆ ਵੀਰਾਂ ਜੀ ਦਿਨ ਹੁੰਦੇ ਤਾਂ ਗੁਰਦਾਸ ਮਹਾਰਾਜ ਦੀ ਜਗ੍ਹਾ 'ਤੇ ਨਾ ਬੈਠਦੇ ਹੁੰਦੇ, ਉਹਨਾਂ ਨੂੰ ਵੀ ਵਿਦਿਆ ਹੋਈ, ਉਹਨਾਂ ਨੂੰ ਵੀ ਲੋਕਾਂ ਰੋਕਿਆ, ਉਹਨਾਂ ਦਾ ਕਿੰਨੂ ਪਰੰਤੂ ਹੋਇਆ, ਪਰ ਗੁਰਦਾਸ ਦੇ ਬਰਾਬਰ ਗੁਰਦਾਸ ਮਹਾਰਾਜ ਦੇ ਬਰਾਬਰ ਉਹ ਬੈਠੇ ਆ ਅਤੇ ਅੱਜ ਉਹਨਾਂ ਦਾ ਨਾਮ ਰੱਖ, ਜਿੱਥੇ ਗੁਰਦਾਸ ਮਹਾਰਾਜ ਦਾ ਨਾਮ ਰੱਖ ਤਾਂ ਵੀਰਾਂ ਜੀ ਦਾ ਜ਼ਰੂਰ ਆਉਂਦਾ। ਕਿਉਂਕਿ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ, ਅਤੇ ਡਾਕਟਰ ਸਾਹਿਬ ਨੇ ਕਹਿੰਦੇ ਜਿਹਦੀ ਨਿੰਦਿਆ ਨਹੀਂ ਹੁੰਦੀ, ਜਿਹਨੂੰ ਕਿੰਤੂ ਪਰੰਤੂ ਨਹੀਂ ਹੁੰਦਾ, ਉਹ ਕਦੀ ਕਾਮਯਾਬ ਹੀ ਨਹੀਂ ਹੁੰਦਾ, ਉਹ ਤਾਂ ਉਹਨਾਂ ਤੋਂ ਅੱਗੇ ਆ, ਇਸ ਕਰਕੇ ਉਹਨਾਂ ਦੀ ਉਹ ਨਿੰਦਿਆ ਹੋ ਰਹੀ ਹੈ। ਇਹਨਾਂ ਲੋਕਾਂ ਨੇ ਕੀਤਾ ਕੁਛ ਨਹੀਂ, ਉਹ ਤਾਂ ਬੈਠੇ ਹੱਥ ਮਲੀ ਜਾ ਰਹੇ ਆ ਕਿ ਸਾਡੇ ਕੋਲ ਹੋਇਆ ਕੁਛ ਨਹੀਂ, ਇਹਨਾਂ ਨੂੰ ਯੋਗ ਔਰ ਉਹ ਇਲਜ਼ਾਮ ਲਾਉਣਗੇ। ਅਸੀਂ ਕਹਿੰਦੇ ਅੱਜ ਮੈਂ ਕੋਈ ਕੈਸ ਸੁਣ ਰਿਹਾ ਸੀ, ਉਹ ਕਹਿੰਦੇ ਕਿ ਅੱਜ ਕੱਲ੍ਹ ਝੂਠ ਜਿਹੜਾ ਨਾ ਗੁਰਦੁਆਰਿਆਂ 'ਚ ਵੀ ਆ ਗਿਆ, ਡੇਰਿਆਂ 'ਚ ਵੀ ਆ ਗਿਆ, ਸੰਤਾਂ 'ਚ ਵੀ ਆ ਗਿਆ, ਜਿਹਨਾਂ ਨੇ ਸਾਨੂੰ ਅੱਗੇ ਲੈ ਕੇ ਜਿਹੜਾ ਝੂਠ ਦਾ ਉਹ ਪੈਰ ਕੇ ਨਾ ਵਰਦੀ ਅਤੇ ਦੂਸਰੇ ਨੂੰ ਗੁਮਰਾਹ ਕਰਦੇ। ਆਪਾਂ ਜਾਗਰੂਕ ਹੋਣਾ, ਆਪਾਂ ਗੁਮਰਾਹ ਨਹੀਂ ਹੋਣਾ, ਕਿਉਂਕਿ ਆਪਾਂ ਹਮ ਨਾ ਹੀ ਕਿਸੇ ਦਾ ਦੇਣਾ, ਉਹ ਵਾਂਗੂ ਸੰਤ ਰਹਿਣਾ। ਇਹ ਜੋ ਪ੍ਰੋਜੈਕਟ ਹੈ ਸਾਡੇ ਕੋਲ, ਨਾ ਕਿਸੇ ਆਪਾਂ ਸਰਕਾਰਾਂ ਕੋਲੋਂ ਪੈਸਾ ਲਿਆ ਇੱਥੇ, ਨਾ ਕਿਸੇ ਜਥੇਬੰਦੀ ਦੇ ਕੋਲੋਂ ਪੈਸਾ ਲਿਆ, ਨਾ ਆਪਾਂ ਕਰਜਾਈ ਨਹੀਂ, ਇਹ ਪਿਓਰ ਮੱਖਣ ਹੈ ਤੁਹਾਡੇ ਕੋਲ। ਇਸ ਕਰਕੇ ਆਪਾਂ ਮੱਖਣ ਦੀ ਰੱਖਿਆ ਕਰਨੀ ਹੈ ਔਰ ਉਹਨੂੰ ਅੱਗੇ ਵਧੀਆ ਤਰੀਕੇ ਦੇ ਨਾਲ ਸਮਾਜ ਵਿੱਚ ਲੈ ਕੇ ਜਾਣਾ ਅਤੇ ਸਾਡੇ ਬੱਚੇ ਜਿਹੜੇ ਇੱਥੇ ਪੜ੍ਹ ਕੇ ਅੱਗੇ, ਅਸੀਂ ਅਮੈਰੀਕਾ ਗਏ ਹਾਂ, ਉੱਥੇ ਬੱਚੇ ਸਾਨੂੰ ਜਿਸ ਵੇਲੇ ਮਿਲਦੇ ਸਾਨੂੰ ਬੜੀ ਮਨ ਨੂੰ ਸਕੂਨ ਮਿਲਦਾ। ਦੇਖੋ ਸਾਡੇ ਸਕੂਲ ਦੇ ਵਿੱਚ ਬੱਚੇ ਪੜ੍ਹ ਕੇ ਅਮੈਰੀਕਾ ਵਿੱਚ ਡਿਵਿਸ ਯੂਨੀਵਰਸਿਟੀ ਵਿੱਚ ਉਹ ਬੱਚੇ ਪੜ੍ਹ ਰਹੇ ਆ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਜੀ, ਆਪਣੇ ਘਰ ਨੂੰ ਬੁਲਾ ਕੇ ਕਿ ਆਪਾਂ ਇਸ ਬਾਰੇ ਹੁਣ ਬਹੁਤ ਕੁਛ ਬਣ ਗਿਆ ਅਤੇ ਹੁਣ ਕਰਨ ਦੀ ਲੋੜ ਨਹੀਂ, ਜੇ ਲੋੜ ਪਊਗੀ ਅਸੀਂ ਫਿਰ ਪਿੱਛੇ ਖੜੇ ਹਾਂ, ਪਰ ਇਹਨੂੰ ਜਿੰਨਾ ਬਣਿਆ ਹੈ ਇਹਨੂੰ ਆਪਾਂ ਸੰਭਾਲੀਏ, ਇਹਨੂੰ ਚਲਾਈਏ ਅਤੇ ਇਹਦੇ 'ਤੇ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਰਪਿਤ ਹੋ ਕੇ ਟਕਸਾਲੀ ਬਣ ਕੇ ਆਪਾਂ ਅੰਦਰੋਂ ਕਿਸੇ ਦਾ ਬਲ ਨਹੀਂ ਰੱਖਣਾ ਕਿ ਮੈਂ ਫਲਾਣੇ ਨੂੰ ਮੰਨਦਾ ਅਤੇ ਮੈਂ ਉਹਨਾਂ ਦੀ ਗੱਲ ਸੁਣਨੀ ਹੈ, ਨਹੀਂ, ਇੱਥੇ ਤੁਸੀਂ ਆਪਣੀ ਸੁਣਾਉਣੀ ਹੈ ਔਰ ਤੁਹਾਡੀ ਚੰਗੀ ਸੋਚ ਜਿਹੜੀ ਆ ਉਹੀ ਪਰਮਾਤਮਾ ਦੀ ਉਹੀ ਪਰਮਾਤਮਾ ਸਾਡੇ ਦਾ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਇੱਥੇ ਕੀਮਤ ਲੈ ਜਾਂਦੇ ਹਾਂ, ਵੱਡੀ ਫਿਰ ਬਹੁਤ ਲੈ ਗਈਆਂ, ਤਾਂ ਮੈਂ ਬੇਨਤੀ ਕਰਾਂਗਾ ਥੋੜ੍ਹਾ ਤੁਸੀਂ ਵੀ ਉਸ ਤੋਂ ਬਾਅਦ ਵੀ ਸਾਡੇ
ਜਾਂ ਜਦੋਂ ਹਾਂਜੀ ਹਾਂਜੀ ਬਹੁਤ ਬਹੁਤ